ਜਦੋਂ ਹੀ ਸਾਡੀ ਮਾਂ ਮਰੀ ਹੈ ਤੂੰ ਸਾਡੇ ਵੱਲ ਚੱਕਰ ਹੀ ਨਹੀਂ ਲਾਇਆ। ਚੱਕਰ ਤੇ ਮੈਂ ਪੁੱਤਰ ਲਾਣਾ ਸੀ, ਮੇਰਾ ਇੱਥੇ ਕੋਈ ਜ਼ਮੀਨਦਾਰ ਹੋਣਾ ਚੱਲ ਰਿਹਾ, ਮੈਂ ਜ਼ਰਾ ਮਸਰੂਫ ਹਾਂ। ਅੱਬਾ ਤੇਰੇ ਇਸ ਜ਼ਮੀਨ ਦੇ ਰੋਲੇ ਨਾਲ ਸਾਨੂੰ ਕੋਈ ਗਰਜ਼ ਨਹੀਂ। ਅੱਬਾ ਜੋ ਸਾਡੀ ਮਾਂ ਦਾ ਹਿੱਸਾ ਮੰਨਦਾ ਨਾ ਉਹ ਸਾਨੂੰ ਚਾਹੀਦਾ। ਤੁਸੀਂ ਕੀ ਕਹਿ ਰਹੇ ਹੋ? ਜੋ ਤੂੰ ਸੁਣ ਰਿਹਾ ਨਾ ਉਹੀ ਕਹਿ ਰਿਹਾ। ਫਿਰ ਤੁਸੀਂ ਇੱਕ ਗੱਲ ਕੰਨ ਖੋਲ ਕੇ ਸੁਣ ਲਓ, ਮੈਂ ਤੁਹਾਨੂੰ ਇੱਥੋਂ ਇੱਕ ਮੁੱਠ ਵੀ ਮਿੱਟੀ ਦੀ ਨਹੀਂ ਦਿਆਂਗਾ। ਓਏ ਫਿਰ ਤੁਸੀਂ ਵੀ ਸੁਣ ਲਵੋ, ਅਸੀਂ ਤੁਹਾਡੇ ਕੋਲ ਇੱਕ ਇੱਕ ਚੀਜ਼ ਵੰਡਾ। ਓਏ ਮਾਂ ਨੇ ਉਹ ਲਾਲ ਜੰਮੀ ਨਹੀਂ ਹੋਏ ਜਿਹੜਾ ਸਾਡੇ ਕੋਲ ਸਾਫ ਲੈ ਜਾਏ। ਚੁੱਪ ਕਰੋ, ਇੱਕ ਪਿਓ ਦੇ ਜ਼ਿੰਦਾ ਹੁੰਦਿਆਂ ਤੁਸੀਂ ਇਹ ਗੰਡੀਆਂ ਕਿਵੇਂ ਪਾ ਸਕਦੇ ਹੋ? ਇਹ ਜਾਇਦਾਦ ਮੇਰੀ ਹੈ, ਜਿਹਨੂੰ ਚਾਹਵਾਂ ਮੈਂ ਉਹਨੂੰ ਦਿਆਂ। ਅੱਬਾ ਅਸੀਂ ਵੀ ਤੇਰੀ ਔਲਾਦ ਹਾਂ। ਓਏ ਕਿ ਤੁਹਾਡੀ ਮਾਂ ਨੇ ਸਾਡੇ ਪਿਓ ਨਾਲ ਵਿਆਹ ਕਰਕੇ ਸਾਡੀ ਮਾਂ ਦਾ ਅੱਖ ਖੋਇਆ ਤੇ ਅੱਜ ਤੁਸੀਂ ਸਾਡੀ ਜਾਇਦਾਦ ਵੰਡਣ ਆ ਗਏ। ਓਏ ਮੈਂ ਤੁਹਾਨੂੰ ਕਹਿੰਦਾ ਚੁੱਪ ਕਰ ਜਾਓ। ਅੱਬਾ ਤੂੰ ਸਾਨੂੰ ਚੁੱਪ ਕਰਾ ਕੇ ਸਾਡੇ ਤੋਂ ਸਾਡਾ ਹੱਕ ਨਹੀਂ ਖੋ ਸਕਦਾ। ਇਹ ਸਾਡਾ ਪਿਓ ਏ, ਤੁਸੀਂ ਤਮੀਜ਼ ਤੇ ਦਹਿਰਤ ਵਿੱਚ ਰਹਿ ਕੇ ਗੱਲ ਕਰੋ। ਓਏ ਤੁਸੀਂ ਕੀ ਰੋਲਾ ਪਾਇਆ ਹੋਇਆ ਏ? ਓਏ ਮੈਂ ਪਿੰਡ ਦੇ ਉਹਨਾਂ ਨੂੰ ਕਹਿੰਦਾ ਤੁਸੀਂ ਮੇਰੇ ਘਰ ਹੀ ਖੱਪਾਤੀ ਏ। ਚਾਚਾ ਇਹ ਸਾਡੇ ਕੋਲ ਜਾਇਦਾਦ ਦਾ ਹਿੱਸਾ ਮੰਗ ਰਿਹਾ ਨਹੀਂ। ਓਏ ਸ਼ੁਕਰ ਕਰੋ, ਓਏ ਤੁਹਾਡੀ ਮਾਂ ਨਾਲ ਵਿਆਹ ਕਰਕੇ ਮੇਰੇ ਭਰਾ ਨੇ ਤੁਹਾਨੂੰ ਗਾਲਾਂ ਲਾਇਆ ਹੋਇਆ ਜੇ ਤਾਂ ਤੁਸੀਂ ਕਿਹੜੀਆਂ ਯੋਗਾਂ। ਵਕਤ ਦੱਸੇਗਾ ਨਾ ਕੌਣ ਰੋਲਦਾ ਗੱਡਿਆਂ ਦੇ ਵਿੱਚ। ਤੇਰੀ ਨੀਮਤ ਜੇ ਤੂੰ ਮੇਰੇ ਚਾਚੇ ਅੱਗੇ ਉੱਚੀ ਆਵਾਜ਼ ਗੱਲ ਕਰ ਜਾਏ। ਓਏ ਪੁੱਤਰ ਇਹ ਸਾਰਾ ਕਾਨੂੰਨ ਮੇਰੇ ਭਰਾ ਦਾ। ਹਾਂ ਭਰਾਵਾ, ਕਸੂਰ ਵਾਕਈ ਮੇਰਾ, ਕਿਉਂਕਿ ਮੈਂ ਨਾ ਜਿੱਤੀ ਮਾਂ ਦੇ ਸਿਰ ਤੇ ਹੱਥ 'ਚ ਰੱਖਿਆ। ਅੱਬਾ ਅਸੀਂ ਤੇਰਾ ਤਰਲਾ ਨਹੀਂ ਸੀ ਕੀਤਾ, ਤੂੰ ਆਪਣੇ ਸ਼ੌਕ ਨਾਲ ਵਿਆਹ ਕੀਤਾ ਸਾਡੀ ਮਾਂ ਨਾਲ। ਓਏ ਤੁਸੀਂ ਮੇਰੇ ਭਰਾ ਦੀ ਲਾਜ ਨਹੀਂ, ਤੁਸੀਂ ਆਪਣੇ ਪਿਓ ਕੋਲ ਖਾ ਲਵੋ, ਤੁਸੀਂ ਇੱਥੇ ਮੂੰਹ ਚੁੱਕੇ ਆ ਗਏ ਹੋ। ਚਾਚਾ ਅਸੀਂ ਤੇਰੀ ਇੱਜ਼ਤ ਕਰਨੇ ਆ ਤੇ ਇੱਜ਼ਤ ਕਰਵਾ, ਨਹੀਂ ਤੇ ਨਹੀਂ ਦੇ। ਕੀ ਆਏਗਾ ਜਿਹਨੇ ਮੇਰੇ ਚਾਚੇ ਅੱਗੇ ਉੱਚੀ ਗੱਲ ਕੀਤੀ, ਮੈਂ ਉਹਦੀਆਂ ਤਾਣਾ ਮਰੋੜ ਦਿਆਂਗਾ। ਪੁੱਤਰ ਚੁੱਪ ਕਰ ਜਾਓ, ਆਪਸ ਵਿੱਚ ਜਿਹੜੇ ਕਰਮ ਨਾ ਹੋ। ਇਹ ਗੱਲ ਹੀ ਅਸੀਂ ਕਰਦਾ ਜਿਹੜੀ ਅੱਗ ਵਾਂਗੂ ਦਿਲ ਤੇ ਆਣ ਡਿਗਦੀ ਹੈ। ਪੁੱਤਰ ਆਪਸ ਵਿੱਚ ਜਿਹੜੇ ਗਰਮ ਨਾ ਹੋ, ਮੈਨੂੰ ਥੋੜਾ ਵਕਤ ਚਾਹੀਦਾ ਸੋਚਣ ਵਾਸਤੇ। ਹੁਣ ਸੋਚ ਲੈ, ਹੁਣ ਸੋਚਣ ਤੋਂ ਬਗੈਰ ਤੂੰ ਕੀ ਕਰ ਸਕਦਾ? ਉਹ ਭਾਜੀ ਤੁਸੀਂ ਤੇ ਹੌਸਲਾ ਰੱਖੋ, ਤੁਸੀਂ ਵੀ ਬੱਚੇ ਨਾਲ ਬੱਚੇ ਬਣ ਗਏ ਹੋ। ਜਿਹਨੂੰ ਮੈਂ ਉਦੋਂ ਵੀ ਕਿਹਾ ਸੀ ਚੁੱਪ ਕਰ, ਅਸੀਂ ਗੱਲ ਕਰ ਰਹੇ ਹਾਂ, ਤੇਰਾ ਕੀ ਕੰਮ? ਠੀਕ ਹੈ ਬਾਈ, ਤੁਸੀਂ ਕਰੋ ਗੱਲ, ਵੇਖਣੀ ਕੀ ਮੁਕਾ ਕੇ ਆਉਂਦੇ ਹੋ, ਮੈਂ ਬਾਹਰ ਜਾ ਰਹੀ ਹਾਂ। ਤੁਸੀਂ ਦੋ ਚਾਰ ਦਿਨ ਰਹੋ, ਮੈਂ ਜੋ ਵੀ ਫੈਸਲਾ ਕਰਾਂਗਾ ਸਭ ਵਾਸਤੇ ਅੱਛਾ ਕਰਾਂਗਾ। ਚਲੋ ਉਹਨੇ ਕੋਈ ਚੰਗਾ ਫੈਸਲਾ ਕਰ ਲਿਆ, ਤੇਰੇ ਪਹਿਲੇ ਫੈਸਲਿਆਂ ਨੇ ਸਾਡੇ ਸ਼ਰੀਕ ਪੈਦਾ ਕਰ ਲਏ। ਤੂੰ ਫਿਕਰ ਨਾ ਕਰ ਭਰਾਵਾ, ਮੇਰਾ ਫੈਸਲਾ ਅੱਛਾ ਹੀ ਹੋਵੇ। ਮੈਨੂੰ ਇਸ ਵੇਲੇ ਤੇਰੀਆਂ ਗੱਲਾਂ ਦੀ ਕੋਈ ਸਮਝ ਨਹੀਂ ਆ ਰਹੀ।
चल मैं तेनू समझानी आ, मैं तेरे नाल प्यार करनी आ। तेरी अकल काम करदी है, तू की कह रही है? हर कुड़ी तेरे वांगरे बहादुर मुंडे नाल ब्याह करना चाहती है, मैं भी करना चाहती हूँ। तू मेरी सतेली भैण है, ऐ सोच। सतेली हां, सखी ते नहीं। भैण भैण दी है, चाहे सतेली होवे चाहे सखी होवे। तेरा प्यो होर मेरा प्यो होर, तेरी मां होर मेरी मां होर, ते साडा ब्याह हो सकदा है। ते इस रिश्ते दी इजाजत साडा मजहब भी देंदा रे। ते गल अपने दिल विच चंगी तरह बिठा लै, सारी जिंदगी तेरे नाल गुजारना चाहनी। तू भी अपने भरावां दी तरह हर काम जिद विच आके कर रही है, जिद चंगी नहीं होंदी। जिद प्यार दा दूसरा नाम है। तेरे भरावां ने ते साडी जायदाद जा रखी सी, पर तू तू इस जायदाद दे मालिक नूं हथ करना चाहनी है। मैनू इस जायदाद की कोई जरूरत नहीं है, मैं तेरे नाल प्यार करनी है, बचपन तो करनी है। मैं किवें मन्नां कि तू मेरे नाल प्यार करनी है? अजमा के वेख लै। की अजमाऊंगा तू? तू मेरे वास्ते की कर सकदी? जो कहेगा मैं करूंगी। चलो कोई मौका आया तो तेनू जरूर दसूंगा। जो तेरा दिल करे कुछ मांग के वेख ले, मैं तेरे तो अपना सब कुछ वार दवांगी। ਅੱਬਾ ਜੋ ਕਰਨਾ ਹੈ ਕਰ ਲੈ, ਅਸੀਂ ਹੋਰ ਇੰਤਜ਼ਾਰ ਨਹੀਂ ਕਰ ਸਕਦੇ। ਤੇਰਾ ਹੌਸਲਾ ਰੱਖ, ਸਬਰ ਦਾ ਫਲ ਮਿੱਠਾ ਹੁੰਦਾ ਹੈ। ਅੱਬਾ ਸਾਨੂੰ ਸਾਡਾ ਹਿੱਸਾ ਦੇ ਦੇ, ਨਹੀਂ ਤੇ ਸਾਨੂੰ ਦੂਜਾ ਤਰੀਕਾ ਵੀ ਆਉਂਦਾ ਹੈ। ਜਾ ਏ ਜਿਹੜੇ ਤਰੀਕੇ ਨਾਲ ਸਾਡੇ ਕੋਲ ਜਾਇਦਾਦ ਦਿੱਤੀ ਜਾਂਦੀ ਲੈ ਲੈ ਫਿਰ। ਪੁੱਤਰ ਤੁਹਾਡੇ ਅੰਦਰ ਲਾਲਚ ਆ ਗਿਆ, ਲਾਲਚੀ ਹਮੇਸ਼ਾ ਭੁੱਖਾ ਮਰਦਾ ਹੈ। ਮੇਰਾ ਭਰਾ ਠੀਕ ਕਹਿ ਰਿਹਾ, ਤੁਸੀਂ ਹੁਣ ਇੱਥੇ ਨਹੀਂ ਰਹਿ ਸਕਦੇ, ਤੁਸੀਂ ਹੁਣ ਬਾਹਰ ਵਾਲੇ ਡੇਰੇ ਦੇ ਰਹੋ ਜਾਓ। ਬਸ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਤੂੰ ਆਪਣੀ ਔਲਾਦ ਦੀ ਸਾਈਡ ਲੈ। ਅਸੀਂ ਹੁਣ ਇੱਥੋਂ ਨਹੀਂ ਜਾਵਾਂਗੇ, ਅਸੀਂ ਇੱਥੇ ਅੱਧੇ ਭਾਈਵਾਲ ਹਾਂ। ਪੁੱਤਰ ਕਿਸੇ ਨੂੰ ਖਾਣਾ ਹੋਵੇ ਨਾ, ਮਿੱਠਿਆਂ ਬਣ ਕੇ ਖਾਣਾ ਚਾਹੀਦਾ। ਤੁਸੀਂ ਤਾਂ ਮੈਨੂੰ ਤੁਮੇ ਤੇਰਾ ਕੌੜਾ ਬਣ ਕੇ ਖਾਣਾ ਚਾਹੁੰਦੇ ਹੋ, ਪਰ ਤੁਮਾ ਖਾਇਆ ਨਹੀਂ ਜਾਂਦਾ, ਥੁੱਕਿਆ ਜਾਂਦਾ। ਸੱਚ ਕੇ ਬਰਾਵਾ ਸੱਚ। ਤੁਮਾ ਕੌੜਾ ਹੋਵੇ ਜਾਂ ਮਿੱਠਾ, ਅੱਬਾ ਤੈਨੂੰ ਤਾਂ ਖਾਣਾ ਹੀ ਪੈਣਾ। ਮੁੰਡੇ ਸੱਚ ਆਂਦੇ ਨੇ ਭਰਾਵਾ, ਜਿਹੜਾ ਤੂੰ ਗੁੜ ਸਮਝ ਕੇ ਖਾਧਾ ਸੀ ਨਾ, ਉਹ ਗੁੜ ਨਹੀਂ ਸੀ, ਤੁਮਾ ਤੁਮਾ। ਤੂੰ ਸੱਚ ਕਿਹਾ ਭਰਾਵਾ, ਹੱਥਾਂ ਜਿਹਾ ਦਿੱਤੀਆਂ ਗੰਢਾਂ ਅੱਜ ਮੈਨੂੰ ਇਹ ਦੰਦਾਂ ਨਾਲ ਖੋਲਣੀਆਂ ਪੈ ਗਈਆਂ। ਅੱਬਾ ਅਸੀਂ ਤੇਰੇ ਹੱਥ ਹਾਂ, ਤੂੰ ਹੁਕਮ ਕਰ, ਅਸੀਂ ਰੱਸੇ ਹੀ ਤੋੜ ਦਿਆਂਗੇ। ਨਹੀਂ ਪੁੱਤਰ ਅਜੇ ਵਕਤ ਨਹੀਂ, ਜਦੋਂ ਵਕਤ ਆਏਗਾ ਰੱਸੇ ਇੰਜ ਤੋੜਾਂਗੇ ਸਾਰੀ ਦੁਨੀਆ ਵੇਖੇ। ਫਿਰ ਇਹ ਵੀ ਵੇਖ ਲੈਣਾ, ਜਿਹੜੇ ਰੱਸੇ ਤੋੜਨ ਦੀ ਕੋਸ਼ਿਸ਼ ਕਰੋਗੇ ਤਾਂ ਸੰਗਲ ਬਣ ਜਾਣਗੇ। ਸੀ ਮੈਨੂੰ ਕੋਈ ਗਲਤ ਫੈਸਲਾ ਕਰਨ ਤੇ ਮਜਬੂਰ ਨਾ ਕਰ ਦੇਣਾ। ਤੂੰ ਜਿਹੜਾ ਫੈਸਲਾ ਕਰਨਾ ਨਾ ਅੱਬਾ ਕਰ ਲੈ, ਸਾਨੂੰ ਤੇਰੇ ਫੈਸਲੇ ਦੀ ਕੋਈ ਪਰਵਾਹ ਨਹੀਂ। ਤੁਸੀਂ ਫਿਲਹਾਲ ਆਪਣੇ ਡੇਰੇ 'ਤੇ ਜਾ ਕੇ ਆਰਾਮ ਕਰੋ, ਫੈਸਲਾ ਮੈਂ ਕੱਲ੍ਹ ਕਰਾਂਗਾ। ਅੱਬਾ ਫੈਸਲਾ ਤਰਾਜ਼ੂ ਹੱਥ 'ਚ ਫੜ ਕੇ ਕਰੀ। ਓਏ ਤੁਹਾਨੂੰ ਸਮਝਾਉਣ ਦੀ ਕੋਈ ਲੋੜ ਨਹੀਂ ਓਏ। ਓਏ ਅਸੀਂ ਹੁਣ ਤੇ ਜਾ ਰਹੇ ਹਾਂ, ਕੱਲ ਆਵਾਂਗੇ। ਨਾ ਖਾਲੀ ਹੱਥ ਆਵਾਂਗੇ, ਨਾ ਖਾਲੀ ਹੱਥ ਜਾਵਾਂਗੇ। ਸੀ ਬੜੇ ਖਬਰ ਤੇ ਮੁੰਡੇ ਨੇ ਯਾਰ ਜਿਹੜੇ ਐਵੇਂ ਧੱਕੇ ਦੇ ਸਿਰ ਦਾ ਦਿੱਤਾ ਜਾ ਰਿਹਾ ਨੇ। ਇਹ ਚੰਗੇ ਨੇ ਯਾਰ, ਸਾਡੇ ਦੇ ਗੱਲੇ ਦੇ ਮੱਛੀ ਦੇ ਕੰਢੇ ਵਾਂਗੂ ਫਸ ਗਏ ਨੇ। ਮੈਂ ਇਹਨਾਂ ਦੀ ਮਾਂ ਦਾ ਵਿਆਹ ਕਰਕੇ ਅੱਜ ਪਛਤਾ ਰਿਹਾ। ਸਿਆਣੇ ਕਹਿੰਦੇ ਨੇ ਨੇਕੀ ਕਰੋ ਨਸਲ ਵੇਖ ਕੇ ਕਰੋ। ਠੀਕ ਕਹਿ ਰਿਹਾ ਮੇਰਾ ਵਾ, ਠੀਕ ਕਹਿ ਰਿਹਾ ਮੇਰਾ ਭਰਾਵਾ। ਅੱਜ ਸਾਡੇ ਆਪਣੇ ਬਣ ਕੇ ਰਹਿਣ ਵਾਲੇ ਆਪਣੇ ਸਾਡੇ ਵੀ ਦੁਸ਼ਮਣ ਬਣ ਗਏ। ਅੱਬਾ ਨਸਲ ਵੇਖ ਕੇ ਨੇਕੀ ਕਰਨ ਦਾ ਕੀ ਮਤਲਬ ਹੈ? ਨੇਕੀ ਦਾ ਇਹ ਮਤਲਬ ਹੈ ਇੱਕ ਬੱਕਰੀਆਂ ਵਾਲਾ ਆਪਣੀਆਂ ਬੱਕਰੀਆਂ ਲੈ ਕੇ ਜੰਗਲ 'ਚ ਜਾਂਦਾ, ਇੱਕ ਬੱਕਰੀ ਵਿੱਚੋਂ ਨਿਖੜੀ ਹੈ, ਉਹਨੇ ਵੇਖਿਆ ਕਿ ਸ਼ੇਰ ਦੇ ਬੱਚੇ ਭੁੱਖ 'ਤੇ ਮਰਨ ਡਿਆ, ਉਹ ਜਾ ਕੇ ਆਪਣਾ ਦੁੱਧ ਪਿਆ ਜੀ, ਉਹ ਬੱਚੇ ਅਸੀਂ ਖੁਸ਼ੀ ਹੋ ਗਿਆ। ਮੈਂ ਸੋਚਿਆ ਸ਼ੇਰ ਆਇਆ, ਉਹਨੇ ਕਿਹਾ ਮੇਰੇ ਬੱਚਿਆਂ ਨਾਲ ਇਹਦੇ ਰੱਜੇ ਪੈ, ਇਹਨਾਂ ਨੂੰ ਕੌਣ ਦੁੱਧ ਪਿਆ? ਖੈਰ ਉਹ ਦੂਜਾ ਦਿਨ ਫਿਰ ਹੋਇਆ, ਉਹ ਬੱਕਰੀ ਜਿਹੜੀ ਹੈ ਇੱਜੜ 'ਚੋਂ ਸਾਈਡ 'ਤੇ ਹੋ ਕੇ ਫਿਰ ਉਹ ਆਪਣੇ ਬੱਚਿਆਂ ਨੂੰ ਦੁੱਧ ਪਿਆ ਤਾ। ਜਦੋਂ ਉੱਥੋਂ ਨਿਕਲ ਰਹੀ ਹੈ ਸ਼ੇਰ ਨੇ ਵੇਖ ਲਿਆ, ਉਹਨੇ ਕਿਹਾ ਤੇਰਾ ਭਲਾ ਹੋਇਆ, ਇਹ ਤਾਂ ਬੱਕਰੀ ਨੇ ਮੇਰੇ 'ਤੇ ਨੇਕੀ ਕਰ ਦਿੱਤੀ, ਮੈਂ ਹੁਣ ਇਹਦੀ ਨੇਕੀ ਕਿਸ ਤਰ੍ਹਾਂ ਲਾਵਾਂ? ਉਹਨੇ
हाथी के नाल सलाह की यार मैं एक जंगल का बादशाह हाँ मेरे तो एक बकरी ने नेकी कर दी मैं वह सान लाना चाहना हाथी ने कहा कड़ा काम है अगर जमीन तो खाती है तो उन्होंने मेरे उत्ते भा वो अपनी मर्जी के फल तोड़ तोड़ खा दे तेरी आपे नेकी लाती जा गई मैं कह रही गल सही है वो बकरी उन्होंने हाथी के उत्ते भाती है हम बकरी खा पी रही है उस तो बाद जा रहा आज कह रहा बकरीए बढ़िया मौजा लगिया ने कि नेकी की है वह सिला लै रही हाँ क्या अच्छा थोड़ा जहा अगे बाद जाता है चूहा एक ना डुब के मरन लिया पानी उन्हें मारी थले डारी चूहे ने चौके से दरखे डाल दिया ठंड का मौसम से उन्हें सोचा चलो इन्हू निग मिलेगा होश आ जाएगा देख लो चूहे नू आ गया होश उन्हें फेरती कैंची बाज उड़न लगा तो बाज डिग पिया उन्हें कहा बकरी तेरा बेड़ा ही गर्क हो जाए कि नेकी की तू कि नेकी तो मैनू ला चाहिए दो तीन महीने लंघे बाज दे पार आए बाज ने सोचा हूँ मैं जाके ना जरा बकरी ने पुछा खैर वो आया बकरी फिर उस रही मौजा ना खा दी रही है उन्हें कहा कि बकरी है तू तो मैनू कहा कि नेकी करन दा बड़ा वड्डा सिला मिलता तो तू है तेरी तेरी गल झूठी निकली है उन्हें कहा क्यों उन्हें कहा मैं नेकी की है चूहा डुब के मरन लिया पानी के मैं उन्होंने बचाया लेकिन वह मेरे पर कट के चला गया उन्हें कहा नेकी नकल वेख के करी दी मैं एक जंगल के शेर से की है ये भी तो वेख ना वो मिसाल है पाती पुत्र कि नेकी सोच समझ के करो तू सच के आबा ये भी साढ़े नाल चूहे वाला ही काम कर रहे हैं सर मैं की पता सी जिन्हों मैं सीने ला के पाल रहा अब जो मेरी लाज में सप बन के डंग देना कोई भरावा ये भी काम किसी किसी ने होंगे मेरा तो दिल कर रहा कि मैं इन्होंने एक इंच भी जगह ना दे अबा असें इन्होंने जगह इतने लैन भी नहीं देनी ये साढ़े वास्ते सारी जिंदगी की किल कल्याण बन जाना तो तू सही कह रहे हैं पुत्र लालच बुरी बला है चाचा जी मैं उन्होंने लालच खत्म कर दांगी फिर तू उन्होंने लालच किस तरह खत्म कर रहा है अब्बा जी तू मेरे पे छोड़ दो जे तू उन्होंने लालच खत्म कर दवे तो फिर मैं समझांगा कि तू बाकी साडी खैर कौन है ये मैं तेरा हुक्म समझ के करांगी जे मैं उन्होंने लालच खत्म कर देता फिर तू मानेगा यकीन करेगा मेरे पे हाँ सानू यकीन होगा कि तू वाकई जो गल कर रही है वो तू पूरी कर ठीक है मैं तो चलनी हूँ मैं कल तेरा बाद में इंतजार करूँगी भाई की कर रहे हो कुछ नहीं वैसे बस गलबात कर रहे हो भाई असी इस जगह में लेके करना की है तू चुप कर तेनु इस गल नाल की लगे भाई तुसी जानदे तो है वो ਅੱਬੂ ਨੇ ਕਿਹੜੇ ਹਾਲ 'ਚ ਸਾਡਾ ਸਾਥ ਦਿੱਤਾ ਹੈ ਤੇ ਤੁਸੀਂ ਅੱਜ ਅੱਬੂ ਨੂੰ ਪਰੇਸ਼ਾਨ ਕਰਨ ਡਏ ਹੋ ਇਹ ਸਾਡਾ ਅੱਬਾ ਕਿਸ ਤਰ੍ਹਾਂ ਹੋ ਗਿਆ ਅਸੀਂ ਇਸ ਦਿਨ ਦਾ ਬੜੀ ਬੇਦਰਦੀ ਨਾਲ ਇੰਤਜ਼ਾਰ ਕਰ ਰਹੇ ਸੀ ਅਸੀਂ ਅੱਜ ਤੱਕ ਇਹੀ ਸੋਚ ਰਹੇ ਸੀ ਕਿ ਇਸ ਜਾਇਦਾਦ ਦੇ ਮਾਲਕ ਅਸੀਂ ਕਦੋਂ ਬਣਾਂ ਭਾਈ ਇਹ ਜਾਇਦਾਦ ਪਿੱਛੇ ਤੁਹਾਡਾ ਕੋਈ ਨੁਕਸਾਨ ਨਾ ਹੋ ਜਾਏ ਨੁਕਸਾਨ ਤਾਂ ਹੁਣ ਸਵੇਰ ਉਹਨਾਂ ਦਾ ਹੋਏਗਾ ਕਿਉਂਕਿ ਉਹ ਹਾਲੀ ਹੱਥ ਹੋਣਗੇ ਤੇ ਸਾਡੇ ਹੱਥ 'ਚ ਪਿਸਟਲ ਹੋਏਗੀ ਭਾਈ ਜੇ ਕੱਲ ਅੱਬਾ ਵੀ ਵਿੱਚ ਆਇਆ ਨਾ ਤੇ ਉਹਦਾ ਵੀ ਲਿਹਾਜ਼ ਨਹੀਂ ਕਰਦਾ ਵੇ ਜੇ ਤੁਸੀਂ ਕਤਲ ਕਰ ਦਿੱਤਾ ਨਾ ਤੁਹਾਨੂੰ ਜੇਲ੍ਹ ਹੋਈ ਜਾਏਗੀ ਹਾਂ ਜੇਲ੍ਹ ਤੇ ਹੋਏਗੀ ਬਾਕੀ ਇਸ ਕੇਸ ਦੀ ਮੁਦਈ ਤੂੰ ਹੋਏਗੀ ਕੁਝ ਅਰਸੇ ਬਾਅਦ ਤੂੰ ਸਾਨੂੰ ਮਾਫ ਕਰ ਦੇਗੀ ਤੇ ਅਸੀਂ ਜੇਲ੍ਹੋਂ ਬਾਹਰ ਆ ਜਾਵਾਂਗੇ ਤੇ ਫਿਰ ਅਸੀਂ ਇਹ ਸਾਰੀ ਜਾਇਦਾਦ ਦੇ ਮਾਲਕ ਬਣ ਜਾਵਾਂਗੇ ਤੁਹਾਡੇ 'ਚ ਕਿੱਡਾ ਵੱਡਾ ਲਾਲਚ ਆ ਗਿਆ ਜੇ ਉਹਨਾਂ 'ਚ ਕੋਈ ਬਚ ਗਿਆ ਨਾ ਤੁਹਾਨੂੰ ਸਜ਼ਾਏ ਮੌਤ ਤੋਂ ਕੋਈ ਨਹੀਂ ਬਚਾ ਸਕਦਾ
ਅਸੀਂ ਕੱਲ ਸਾਰੇ ਮਾਰ ਦਾਂਗੇ ਉਹ ਵੀ ਇੱਕੋ ਹੀ ਜਗ੍ਹਾ ਇਸ ਦੌਰ 'ਚ ਸੱਕੇ ਭਰਾ ਵੀ ਜ਼ਿਆਦਾ ਦੀ ਖਾਤਰ ਇੱਕ ਦੂਸਰੇ ਨੂੰ ਕਤਲ ਕਰ ਦਿੰਦੇ ਨੇ ਅਤੇ ਅਸੀਂ ਕਿਹੜਾ ਸੱਕੇ ਹਾਂ ਵੀਰੋ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਇਸ ਜਾਇਦਾਦ ਦਾ ਆਪਣੇ ਦਿਲ 'ਚੋਂ ਖਿਆਲ ਕੱਢ ਦਿਓ ਤੂੰ ਚੁੱਪ ਕਰ ਜਾ ਇਹਨਾਂ ਆ ਕੇ ਤੇਰਾ ਕਤਲ ਕਰਕੇ ਉਹਨਾਂ 'ਤੇ ਅਸੀਂ ਪਾ ਦੇਈਏ ਕਰ ਲਓ ਕਤਲ ਤੁਹਾਡੇ ਵੰਗਰੇ ਭਰਾਵਾਂ ਤੋਂ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ ਮੈਂ ਤੈਨੂੰ ਕਹਿ ਰਿਹਾ ਆਪਣੀ ਚਤਰ ਚਤਰ ਬੰਦ ਕਰ ਠੀਕ ਹੈ ਭਰਾਵੋ ਮੈਂ ਤਾਂ ਤੁਹਾਨੂੰ ਬੜਾ ਸਮਝਾਇਆ ਹੈ ਤੁਸੀਂ ਨਹੀਂ ਸਮਝਣ ਦੇ ਅੱਗੋਂ ਹੁਣ ਅੱਲਾ ਦੀਆਂ ਅੱਲਾ ਹੀ ਜਾਣੇ ਮੈਂ ਚੱਲਦੀ ਹਾਂ ਸੱਟੇ ਜਾਲ ਸ਼ਿਕਾਰੀ ਪੱਖੀਆਂ ਤੇ ਉਹ ਮੋਰ ਜਾਵੇ ਦੁੱਖ ਤਾਂ ਲੱਗਦਾ ਹੋਵੇ ਬਚਪਨ ਲਾਦਾ ਯਾਰ ਮੇਰਾ ਲਾਏ ਹੋਰ ਜਾਵੇ ਦੁੱਖ ਤਾਂ ਲੱਗਦਾ ਹੈ ਬੁੱਢੀ ਚੜ ਜਾਵੇ ਅਸਮਾਨਾਂ ਤੇ ਤਰੁੱਟ ਲੋੜ ਜਾਵੇ ਦੁੱਖ ਤਾਂ ਲੱਗਦਾ ਹੈ ਰਾਤੀ ਬਿਸਤਰਾ ਗਰਮ ਤੇਰ ਹੋਵੇ ਵੜ ਹੋਰ ਜਾਵੇ ਦੁੱਖ ਤਾਂ ਕਿੱਥੇ ਗਏ ਓਏ ਅੱਬਾ ਹੌਸਲੇ ਨਾਲ ਬੋਲ ਓਏ ਅੱਬਾ ਤੇਰਾ ਮੁਲਾਜ਼ਮ ਨਹੀਂ ਓਏ ਤੁਸੀਂ ਹੌਸਲੇ ਨਾਲ ਗੱਲ ਕਰ ਓਏ ਓਏ ਮੈਂ ਤੁਹਾਨੂੰ ਅੱਬੇ ਦੀ ਵਜ੍ਹਾ ਤੋਂ ਬਰਦਾਸ਼ਤ ਕਰ ਰਿਹਾ ਵਾਂ ਤੁਸੀਂ ਸਾਡਾ ਇੱਥੇ ਜੀਣਾ ਹਰਾਮ ਕਰ ਦਿੱਤਾ ਏ ਓਏ ਅਸੀਂ ਤੇਰਾ ਜੀਣਾ ਹਰਾਮ ਨਹੀਂ ਮੈਂ ਤੇਰਾ ਜੀਣਾ ਹਮੇਸ਼ਾ ਲਈ ਬੰਦ ਕਰਨ ਆਇਆ ਵਾਂ ਓਏ ਅੱਜ ਅਸੀਂ ਤੁਹਾਡੇ ਨਾਲ ਤੁਹਾਡਾ ਚਾਚਾ ਤੇ ਤੁਹਾਡਾ ਅੱਬਾ ਵੀ ਮਾਰ ਦੇਣਾ ਅਗਰ ਹਿੰਮਤ ਆਈ ਤਾਂ ਗੋਲੀ ਚਲਾ ਕੇ ਆਪਣੇ ਭਰਾਵਾਂ ਦਾ ਬਦਲਾ ਲੈ ਲੈ ਤੂੰ ਬਾਕੀ ਸਾਬਤ ਕਰ ਦਿੱਤਾ ਕਿ ਤੂੰ ਮੇਰੇ ਨਾਲ ਸੱਚਾ ਪਿਆਰ ਕਰ ਰਿਹਾ ਤੇ ਆ ਅਸੀਂ ਹੁਣ ਇਸ ਰਿਸ਼ਤੇ ਨੂੰ ਸ਼ਰੀਫ ਰਿਸ਼ਤੇ ਵਿੱਚ ਬਦਲ ਲਈ ਅਸੀਂ ਬੜਾ ਚੰਗਾ ਕੀਤਾ ਪੁੱਤਰ ਸ਼ਰਾਂ 'ਚ ਕੋਈ ਸ਼ਰਮ ਨਹੀਂ ਹੁਣ ਸਾਰੀ ਜਾਇਦਾਦ ਤੁਸੀਂ ਦੋਵੇਂ ਹੀ ਹੋਣੇ ਇਹ ਦੁਨੀਆ ਦਾ ਮਾਲ ਦੁਨੀਆ 'ਤੇ ਰਹਿ ਜਾ ਅੱਜ ਬੜਾ ਚੰਗਾ ਫੈਸਲਾ ਕੀਤਾ ਮੇਰਾ ਭਰਾਵਾ ਮੈਂ ਤੇਰੇ 'ਤੇ ਬੜਾ ਖੁਸ਼ ਹਾਂ ਖੁਸ਼ੀਆਂ ਬਾਅਦ 'ਚ ਦੇਖਾਂਗੇ ਪਹਿਲੇ ਇਹਨਾਂ ਦਾ ਕੁਝ ਕਰੀਏ ਇਹਨਾਂ ਨੂੰ ਚੁੱਪੋ